ਆਓ ਸੁਣੀਏ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਚਾਚਾ ਚਾਚੇ ਦੀ ਉਮਰ ਭਾਵੇਂ ਸਾਡੇ ਬਾਪੂ ਤੋਂ ਵੱਡੀ ਸੀ ਪਰ ਅਸੀਂ ਉਸ ਨੂੰ ਚਾਚਾ ਹੀ ਆਖਦੇ ਸਾਂ ਖਰੇ ਇਸ ਕਰਕੇ ਕਿ ਉਹ ਜਿੱਤੇ ਕਰਕਵਾਰਾ ਸੀ ਮੈਂ ਉਸ ਨੂੰ ਬਥੇਰਾ ਸਮਝਾਉਂਦਾ ਕਿ ਪੰਜਾਬ ਵਿੱਚ ਸਵਾਨੀਆਂ ਬੰਦਿਆਂ ਨਾਲੋਂ ਥੋੜੀਆਂ ਹਨ ਇਸ ਲਈ ਸਾਰਿਆਂ ਦਾ ਵਿਆਹ ਨਹੀਂ ਹੋ ਸਕਦਾ ਪਰ ਉਸ ਤੇ ਇਸ ਜਲੀਲ ਦਾ ਜ਼ਰਾ ਅਸਰ ਨਾ ਹੁੰਦਾ ਪਿੰਡ ਦੇ ਸਾਰੇ ਬੰਦੇ ਵਿਆਏ ਹੋਏ ਸਨ ਅਤੇ ਹਰ ਇੱਕ ਦੇ ਘਰ ਕਈ ਕਈ ਧੀਆ ਤੇ ਨੂੰਹਾਂ ਸਨ ਫਿਰ ਕਾਲਕਾ ਦਾ ਹੋਇਆ ਚਾਚੇ ਦੀ ਭੂਆ ਨੇ ਵੀ ਫਿਰੋਜ਼ਪੁਰ ਦੇ ਜ਼ਿਲ੍ਹੇ ਵਿੱਚੋਂ ਸਾਖ ਤੇ ਇੱਕ ਬੁਰੀਆਰ ਕੁੜੀ ਦਾ ਲਿਆਂਦਾ ਸੀ ਪਰ ਮਗਰੋਂ ਚਾਚਾ ਪਿੰਡ ਦੇ ਇੱਕ ਮੁੰਡੇ ਜੈੰਬੂ ਨੂੰ ਜੁੱਤੀਆਂ ਮਾਰ ਬੈਠਾ ਤੇ ਉਸ ਨੇ ਗੱਲ ਜਾ ਖੋਲੀ ਕਿ ਚਾਚਾ ਤੇ ਖੱਬੀ ਅੱਖੋਂ ਪੰਘਰਾ ਕੇ ਵੇਂਦਾ ਹੈ ਗੱਲ ਸੱਚੀ ਸੀ ਸੋ ਕੁੜੀ ਵਾਲੇ ਸਾਖੋਂ ਮੁੱਕਰ ਗਏ ਕੰਮ ਤੇ ਚੌੜ ਕੀਤਾ ਸੋਰੇ ਜੈਂਬੂ ਨੇ ਹੋਰ ਸਵਾਣੀਆਂ ਘਟ ਵੱਧ ਗਈ ਹੋਣੀਆਂ ਨੇ ਚਾਚਾ ਆਖਦਾ ਹੁੰਦਾ ਸੀ ਜੈਂਬੂ ਨੂੰ ਜੁੱਤੀਆਂ ਮਾਰਨ ਦਾ ਉਹਨੂੰ ਜ਼ਰਾ ਭਰਮ ਨਹੀਂ ਸੀ ਜੈਂਬੂ ਨੇ ਆਪਣੇ ਸੱਜਰੇ ਵੱਡ ਵਿੱਚੋਂ ਚਾਚੇ ਦੀਆਂ ਮੱਝੀਆਂ ਨੂੰ ਸੋਟੇ ਮਾਰ ਕੇ ਬਾਹਰ ਕੱਢ ਦਿੱਤਾ ਸੀ ਤੇ ਚਾਚਾ ਜੈਂਬੂ ਨੂੰ ਨਾ ਮਾਰਦਾ ਤਾਂ ਮੱਝੇ ਭੁੱਖੀਆਂ ਰਹਿੰਦੀਆਂ ਦੁਨੀਆਂ ਵਿੱਚ ਮੱਝੀ ਤੋਂ ਪਿਆਰੀ ਉਸ ਨੂੰ ਕੇਵਲ ਆਪਣੀ ਮਾਂ ਹੀ ਸੀ ਜੋ 60 ਵਰਿਆਂ ਦੀ ਉਮਰ ਵਿੱਚ ਵੀ ਲੰਗਰ ਪਾਣੀ ਦਾ ਕੰਮ ਟੋਰੀ ਆਉਂਦੀ ਸੀ ਉਹ ਧੰਮੀ ਵੇਲੇ ਉੱਠਦਾ ਤੇ ਲਿਆਰੀਆਂ ਨੂੰ ਹਵੇਲੀ ਵਿੱਚੋਂ ਬਾਹਰ ਕੱਢ ਕੇ ਪੱਠੇ ਪਾਉਂਦਾ ਤੇ ਫੇਰ ਸੂਰਜ ਦੀ ਟਿੱਕੀ ਨਾਲ ਚੋਕ ਕੇ ਪਿੱਤਲ ਦਾ ਲਿਸ਼ਕ ਦਾ ਦੋਣਾ ਦੁੱਧ ਦਾ ਭਰ ਕੇ ਬਿਨਾਂ ਹੱਥ ਪਾਇਆ ਸਿਰ ਤੇ ਧਰੀ ਧਰੀ ਮਰਬਿਆਂ ਘਰ ਲੈ ਆਉਂਦਾ ਮਾਂ ਦੇ ਹੱਥਾਂ ਦੇ ਪੱਕੇ ਹੋਏ ਪਰੌਂਠੇ ਖਾ ਕੇ ਤੇ 2-3 ਪੱਲੇ ਬੰਨ ਉਹ ਫਿਰ ਮਰੱਬੇ ਜਾ ਕੇ ਮੰਜੀ ਛੇੜ ਲੈ ਜਾਂਦਾ ਤੇ ਦਿਨ ਡੁੱਬੇ ਮੋੜ ਲਿਆਉਂਦਾ ਬਹੁਤੇ ਛੇੜੂ ਮੁੰਡੇ ਮੱਝੀ ਨੂੰ ਉਸਤੀਆਂ ਵਾਟੀਆਂ ਤੇ ਕਟੀਆਂ ਕਟਿਆਂ ਨੂੰ ਉਸ ਦਾ ਬਾਲ ਬੱਚਾ ਆਖਦੇ ਸਨ ਬਾਲਸਿਆਂ ਤੇਰੀ ਇੱਕ ਵਾਟੀ ਤੇ ਮੇਰੇ ਡੰਗਰਾਂ ਦੀ ਕਿਤੇ ਲੱਤ ਨਹੀਂ ਲੱਗਣ ਦਿੰਦੀ ਇੱਕ ਛੇੜੂ ਨੇ ਜਿਸ ਦੀਆਂ ਮੱਝੀ ਨੂੰ ਬਾਲ ਸਿੰਘ ਦੀ ਮੱਝ ਮਾਰ ਰਹੀ ਸੀ ਹੱਸਦੇ ਹੋਏ ਆਖਿਆ ਓਏ ਤਾਂ ਕੀ ਹੋਇਆ ਤੇਰੀ ਮਾਂ ਜੇ ਆਂਡਣਾ ਗਵਾਂਡਣਾ ਨਾਲ ਲੜਦੀ ਫਿਰੇ ਤਾਂ ਤੇਰੇ ਪਿਓ ਨੇ ਉਹਨੂੰ ਘਰੋਂ ਥੋੜਾ ਕੱਢ ਦੇਣਾ ਏ ਬਾਲ ਸਿੰਘ ਨੇ ਜਵਾਬ ਦਿੱਤਾ ਚਾਚੇ ਨੂੰ ਮੁੰਡਿਆਂ ਦੀਆਂ ਮਾਵਾਂ ਦਾ ਸੱਚੀ ਮੁੱਚੀ ਕੁਝ ਵਧੇਰੇ ਹੀ ਖਿਆਲ ਰਹਿੰਦਾ ਸੀ ਤੁਹਾਡੇ ਘਰ ਰਾਤ ਨੂੰ ਚੂਈ ਚੂਆ ਲੜਦਾ ਏ ਚਾਚੇ ਮੈਨੂੰ ਨਿੱਕੇ ਹੁੰਦੇ ਨੂੰ ਇੱਕ ਵਾਰੀ ਪੁੱਛਿਆ ਤੇ ਬਗੈਰ ਉਸ ਦੀ ਗੱਲ ਸਮਝਣ ਦੇ ਮੈਂ ਆਕ ਦਿੱਤਾ ਹਾਂ ਬਹੁਤ ਲੜਦਾ ਏ ਫਿਰ ਉਸ ਮੈਨੂੰ ਕੁਛੜ ਚੁੱਕ ਲਿਆ ਤੇ ਹਵੇਲੀ ਦੇ ਅੰਦਰ ਜਿੱਥੇ ਕੜੇ ਦੇ ਪਾਣੀ ਦੀ ਪੱਠੀ ਚੜੀ ਹੋਈ ਸੀ ਲੈ ਗਿਆ ਤੇ ਉੱਥੇ ਇੱਕ ਨਾਲ ਜਿਸ ਦਾ ਇੱਕ ਸਿਰਾ ਇੱਕ ਵੱਡੀ ਡੇਗ ਵਿੱਚ ਤੇ ਦੂਜਾ ਇੱਕ ਗੜਵੇ ਵਿੱਚ ਬੰਦ ਸੀ ਵੱਲ ਇਸ਼ਾਰਾ ਕਰਕੇ ਬੋਲਿਆ ਲੈ ਕੰਨੂ ਐਸ ਨਾਲ ਤੇ ਬਸ ਚਵਾ ਚਵਾ ਪਾਣੀ ਕੱਤੀ ਆ ਤੇ ਫਿਰ ਉਹ ਗੱਲਾਂ ਸੁਣਾਉਣ ਲੱਗ ਪਿਆ ਮੈਂ ਤੇ ਤੇਰੀ ਚਾਚੀ ਇੱਕ ਵਾਰੀ ਚੱਲੇ ਮੱਸਿਆ ਅੰਬਰ ਸਾਦੀ ਸਟੇਸ਼ਨ ਦੀ ਅਜੇ ਅੱਧ ਕੁਵਾਟ ਵੀ ਨਹੀਂ ਸਾਂ ਗਏ ਤੇ ਪੋਲਾ ਜਿਹਾ ਮੂੰਹ ਬਣਾ ਕੇ ਆਖਣ ਲੱਗੀ ਲੈ ਆ ਜਰਾ ਮੁੰਡਾ ਤੇ ਫੜ ਮੇਰੀ ਤੇ ਬਾਹ ਵੀ ਆਕੜ ਗਈ ਏ ਮੈਂ ਆਖਿਆ ਚੁੱਕੀ ਆ ਸੁਖਾਂ ਗਾਂ ਮੈਂ ਤੇ ਨਹੀਂ ਸਣਾ ਜੰਮਿਆ ਇਹਨੂੰ ਇਹ ਗੱਲ ਕਰਕੇ ਚਾਚਾ ਆਪੇ ਹੱਸ ਪਿਆ ਤੇ ਮੈਂ ਵੀ ਉਸ ਦੇ ਨਾਲ ਹੀ ਹੱਸਣ ਲੱਗ ਪਿਆ ਵਿੱਚੋਂ ਤੇ ਏ ਡਰ ਪਈ ਜੇ ਮੁੰਡੇ ਨੇ ਮੂਤਰਿਆ ਤਾਂ ਸੁੱਚੇ ਕੱਪੜੇ ਗਵੀਚ ਜਾਣਗੇ ਹੋਰ ਬਾਹ ਤੇ ਕੀ ਥੱਕਣੀ ਸੁ ਚਾਚੇ ਨੇ ਗੱਲ ਅਗਾ ਟੋਰਦਿਆਂ ਹੋਇਆਂ ਆਖਿਆ ਸਟੇਸ਼ਨ ਤੇ ਅਪੜੇ ਤੇ ਮੈਂ ਆਖਿਆ ਪਈ ਤੂੰ ਵੀ ਮਰਦਾਂ ਵੀ ਗੱਡੀ ਵਿੱਚ ਹੀ ਬਹਿ ਜਾ ਦੋਵੇਂ ਰਲ ਕੇ ਗੱਲਾਂ ਬਾਤਾਂ ਕਰਦੇ ਚੱਲਾਂਗੇ ਨਹੀਂ ਅਖੇ ਮੈਂ ਜਨਾਨੀ ਗੱਡੀ ਵਿੱਚ ਹੀ ਬਹਿਣਾ ਏ ਮੈਨੂੰ ਬੰਦਿਆਂ ਕੋਲੋਂ ਸੰਗ ਆਉਂਦੀ ਏ ਮੈਂ ਆਖਿਆ ਚੰਗਾ ਟਿਕਟਾਂ ਸਨ ਦੋਵੇਂ ਮੇਰੇ ਕੋਲ ਜਾਮ ਛੀਕਿਆਂ ਦੇ ਸਟੇਸ਼ਨ ਜਾ ਕੇ ਮੈਂ ਬਾਹਰ ਧਿਆਨ ਮਾਰਿਆ ਤੇ ਉਹਨੂੰ ਟਿਕਟਾਂ ਵਾਲੀ ਮੇਮ ਵੇੜੀ ਫਿਰੇ ਅੱਗੇ-ਅੱਗੇ ਉਹ ਤੇ ਪਿੱਛੇ-ਪਿੱਛੇ ਮੇਮ ਤੇ ਘਤੀ ਮੈਨੂੰ ਪਈਆਂ ਲੱਭਣ ਮੇਮ ਤੇ ਆਖੇ ਤੁਮ हमको ਜਲਤੀ ਟਿਕਟ ਦਿਖਲਾਓ ਤੇ ਚਾਚੀ ਤੇਰੀ ਸਤਰੀ ਬਤਰੀ ਕਦੀ ਇੱਧਰ ਤੇ ਕਦੀ ਉੱਧਰ ਮੇਰੇ ਖਾਨੇ ਕੋਲੋਂ ਲੰਘਣ ਲੱਗਣ ਤਾਂ ਮੈਂ ਵੀ ਜ਼ਰਾ ਗਿੱਚੀ ਲਫਾ ਛੱਡਾਂ ਅਖੀਰ ਮੈਂ ਸੋਚਿਆ ਪਈ ਮੇਮਨੀ ਜਈ ਇਹਨੂੰ ਕਿਤੇ ਅਗਾਹ ਵਿਛਾਈ ਨਾ ਕਰ ਛੱਡੇ ਉਤਰ ਕੇ ਮੈਂ ਟਿਕਟਾਂ ਵਖਾਈਆਂ ਤੇ ਵਿਚਾਰੀ ਦੀ ਖਲਾਸੀ ਹੋਈ ਇਹ ਗੱਲ ਸੁਣਾ ਕੇ ਚਾਚਾ ਹੱਸਦਾ ਪਰਾਂ ਟੁਰ ਗਿਆ ਇਹ ਵੇਖਣ ਪਈ ਕੋਈ ਪੁਲਸੀਆ ਹੀ ਨਾ ਆ ਫੜੇ ਮੈਂ ਉਸੇ ਤਰ੍ਹਾਂ ਉਸ ਨਾਲ ਤੇ ਪਾਣੀ ਪਾਂਦਾ ਰਿਹਾ ਜਿਸ ਵਿੱਚ ਭਾਫ਼ ਠੰਡੀ ਹੋ ਹੋ ਕੇ ਸ਼ਰਾਬ ਦੇ ਕਤਰੇ ਬਣ ਰਹੀ ਸੀ ਉਹ ਕਦੀ ਮਹੀਨੇ ਮਸਿਆਂ ਨੂੰ ਚਾਰ ਬੋਤਲਾਂ ਕੱਢੀ ਦੀਆਂ ਨੇ ਤੇ ਉਹਦੇ ਲਈ ਵੀ ਪਾਏ ਕਮਾਦਾਂ ਵਿੱਚ ਲੁਕ-ਲੁਕ ਕੇ ਪੱਠੀਆਂ ਬਣਾਈਏ ਨਿਕਲੇਗੀ ਤੇ ਇਹ ਜੱਟ ਦੀ ਹਵੇਲੀ ਵਿੱਚੀ ਉਂਝ ਭਾਵੇਂ ਕਿਸੇ ਦਿਨ ਉਡੰਗੇ ਹੀ ਜਾਈਏ ਪਰ ਸਮਝ ਤੇ ਇਸ ਗੱਲ ਦੀ ਨਹੀਂ ਆ ਰਹੀ ਕਿ ਸਰਕਾਰ ਨੂੰ ਪੀੜ ਕਾਦੀ ਏ ਆਪੇ ਚੀਜ਼ ਬਣਾ ਕੇ ਆਪੇ ਪੀਣੀ ਤੇ ਫਿਰ ਐਵੇਂ ਹਲਕੇ ਹੋਏ ਭੱਜ-ਭੱਜ ਕੇ ਹੱਥੀ ਪਏ ਪੈਂਦੇ ਨੇ ਮੈਨੂੰ ਵੀ ਸਰਕਾਰ ਦੀ ਇਹ ਗੱਲ ਵਾਧੂ ਜਿਹੀ ਲੱਗੀ ਜਦ ਆਦਮੀ ਨੂੰ ਰੋਟੀਆਂ ਪਕਾ ਕੇ ਖਾਣ ਦੀ ਆਗਿਆ ਸੀ ਤਾਂ ਸ਼ਰਾਬ ਕੱਢ ਕੇ ਪੀਣ ਦੀ ਆਗਿਆ ਕਿਉਂ ਨਹੀਂ ਸੀ ਮੈਂ ਗਿਆ ਸੋਹਰੇ ਚਾਚੇ ਨੇ ਫੇਰ ਵੱਟੀ ਵਾਲੀ ਲੜੀ ਜੋੜਦਿਆਂ ਹੋਇਆਂ ਆਖਿਆ ਉੱਥੇ ਪਲਵਾਨ ਇੱਕ ਪਰ ਚੰਗਾ ਫਿੱਟਿਆ ਹੋਇਆ ਤੇ ਆਤ ਡਾਢੀ ਚਾਈ ਹੋਈ ਉਸ ਮੇਰਾ ਸਾਲਾ ਆਖੇ ਭਾਈਆ ਇਹਦੇ ਨਾਲ ਕੋਲ ਮੈਂ ਆਖਿਆ ਲੈ ਭਾਈ ਕੱਢ ਸੋ ਪਲਵਾਨ ਤੇ ਕਦੀ ਇੱਧਰ ਦੀਆਂ ਮਾਰੇ ਤੇ ਕਦੀ ਉੱਧਰ ਦੀਆਂ ਮੈਂ ਦਿਲ ਵਿੱਚ ਆਖਿਆ ਪਈਆ ਪੀਰ ਚੁੱਪ ਸਾ ਹਾਨਤ ਨਾ ਆਵੇ ਸੋਰੇ ਕਰ ਜਿਉਂ ਚੁੱਕਿਆ ਜੱਟ ਨੇ ਲੱਕੋਂ ਤੇ ਪਲਵਾਨ ਹੋਰੀ ਪੱਟੜੇ ਵਾਂਗ ਭੋਂ ਤੇ ਆਪੇ ਤੇ ਚਾਚੀ ਤੇਰੀ ਨੂੰ ਆਉਣ ਘਰ ਵਧਾਈਆਂ ਹੀ ਵਧਾਈਆਂ ਚਾਚੇ ਨੇ ਹੱਸਦੇ ਹੱਸਦੇ ਗੜਵਾ ਹਿਲਾਇਆ ਉਹ ਭਰਿਆ ਭਰਿਆ ਜਾਪਿਆ ਗੁੜ ਸੱਕ ਦੇ ਹਿਸਾਬ ਨਾਲ ਸ਼ਰਾਬ ਪੂਰੀ ਨਿਕਲ ਚੁੱਕੀ ਸੀ ਚਾਚੇ ਨੇ ਨਾਲ ਗੜਵੇ ਨਾਲੋਂ ਨਖੇੜ ਦਿੱਤੀ ਲੈ ਕੰਨੂ ਤੂੰ ਪਾਣੀ ਲਿਆ ਕੇ ਪੱਠੀ ਵਿੱਚੋਂ ਅੱਗ ਬੁਝਾ ਦੇ ਉਸ ਮੈਨੂੰ ਸੇਵਾ ਬਖਸ਼ੀ ਮੇਰੇ ਜੰਮਣ ਵੇਲੇ ਮੇਰੇ ਚਾਚੇ ਨੇ ਮੇਰਾ ਨਾਂ ਕੁੰਦਨ ਸਿੰਘ ਨियत ਕੀਤਾ ਸੀ ਪਰ ਮੇਰੀ ਬੇਬੇ ਨੇ ਇਸ ਕੰਮ ਵਿੱਚ ਚਾਚੇ ਦਾ ਕੁਝ ਤਜਰਬਾ ਨਾ ਵੇਖ ਕੇ ਮੇਰਾ ਨਾਂ ਕੁਝ ਹੋਰ ਹੀ ਰੱਖ ਦਿੱਤਾ ਚਾਚੇ ਨੂੰ ਇਸ ਗੱਲ ਦਾ ਜ਼ਰਾ ਫਿਕਰ ਨਹੀਂ ਸੀ ਉਹ ਮੇਰਾ ਉਹੀ ਨਾਂ ਸੱਦਦਾ ਸੀ ਜੋ ਉਸਨੇ ਪਹਿਲੇ ਦਿਨੋਂ ਰੱਖਿਆ ਸੀ ਅੱਗ ਬੁਝਾਉਣ ਦਾ ਕੰਮ ਮੈਨੂੰ ਦੇ ਕੇ ਚਾਚੇ ਨੇ ਵੱਡੀ ਦੇਗ ਚੁੱਕ ਕੇ ਨਾਲ ਦੇ ਛੱਪੜ ਵਿੱਚ ਰੋੜ ਦਿੱਤੀ ਤੇ ਫਿਰ ਖਾਲੀ ਕਰਕੇ ਲਿਜਾ ਕੇ ਜਵਾਰ ਵਿੱਚ ਲੁਕਾ ਦਿੱਤੀ ਇਸ ਗੱਲ ਨੂੰ ਕਈ ਸਾਲ ਬੀਤ ਗਏ ਨਾਲ ਦੇ ਪਿੰਡ ਕਾਂਗਰਸ ਦਾ ਇੱਕ ਜਲਸਾ ਹੋਣਾ ਸੀ ਮੈਂ ਤੇ ਚਾਚੇ ਵੀ ਜਾਣ ਦੀ ਸਲਾਹ ਕੀਤੀ ਰਾਹ ਵਿੱਚ ਇੱਕ ਹੋਰ ਪਿੰਡ ਦਾ ਜੱਟ ਜਿਹੜਾ ਸਾਡਾ ਪਹਿਲਾਂ ਜਾਣੂ ਨਹੀਂ ਸੀ ਮਿਲ ਪਿਆ ਤੇ ਚਾਚੇ ਨੂੰ ਪਹਿਲਾਂ ਉਸਨੇ ਫਤਿਹ ਬੁਲਾਈ ਵਾਹਗਰ ਜੀ ਕੀ ਚਾਚੇ ਨੇ ਫਤਿਹ ਪਰਤਾਈ ਮਾਮਲਾ ਤੇ ਸਰਕਾਰ ਘਟ ਕਰਨੋਂ ਰਹੀ ਤੇ ਇਹਨਾਂ ਕਾਂਗਰਸੀਆਂ ਸਾਨੂੰ ਰੱਤ ਪਾ ਲਈਏ ਜਲਸੇ ਤੇ ਜਲਸਾ ਚਾੜੀ ਆਉਂਦੇ ਨੇ ਰੋਜ਼ ਪੱਠੇ ਦੱਥੇ ਤੋਂ ਵੀ ਰਹੀਦਾ ਏ ਉਸ ਜੱਟ ਨੇ ਜ਼ਰਾ ਖਿਜ ਕੇ ਆਖਿਆ ਮਾਮਲਾ ਵੀ ਘੱਟ ਹੁੰਦਾ ਕੋਈ ਨਹੀਂ ਦਿਸਦਾ ਤੇ ਘਰਾਂ ਦੀ ਲਈ ਟਾਕੀ ਦਾ ਖਰਚ ਵੀ ਢੇਰ ਵੱਧ ਗਿਆ ਏ ਮੈਂ ਤੇ ਆਨਾ ਇਹ ਖੱਦਰ ਪਾਣ ਵਾਲੀ ਗੱਲ ਚੰਗੀ ਏ ਜੇ ਜਨਾਨੀਆਂ ਮੰਨਣ ਤੇ ਚਾਚੇ ਨੇ ਆਪਣੇ ਆਪ ਨੂੰ ਟੱਬਰਦਾਰ ਦੱਸਦਿਆਂ ਹੋਇਆਂ ਆਖਿਆ ਮੈਨੂੰ ਉਸ ਦੀ ਇਹ ਗੱਲ ਤੇ ਕੋਈ ਹੈਰਾਨੀ ਨਾ ਹੋਈ ਕਿਉਂਕਿ ਜੋ ਮੈਨੂੰ ਤਾਂ ਨਿੱਕੇ ਹੁੰਦੇ ਤੋਂ ਹੀ ਫਰਜ਼ੀ ਚਾਚੀ ਦੀਆਂ ਸਭ ਗੱਲਾਂ ਯਾਦ ਸਨ ਸਾਰਾ ਦਿਨ ਅਸੀਂ ਉਸ ਜੱਟ ਦੇ ਨਾਲ ਫਿਰਦੇ ਰਹੇ ਆਉਣ ਲੱਗਿਆਂ ਉਸ ਘਰ ਵਾਸਤੇ ਚਵਾਨੀ ਦੀਆਂ ਰਿਓੜੀਆਂ ਲਈਆਂ ਇੱਥੇ ਮੇਰੇ ਪੱਲੇ ਵੀ ਬੰਨੀ ਉਹ ਚਵਾਨੀ ਦੀਆਂ ਐਵੇਂ ਆ ਜਾਣੇ ਰੋ ਰੋ ਮੋਢਿਆਂ ਤੇ ਪਏ ਚੜਦੇ ਨੇ ਚਾਚੇ ਨੇ ਹੱਟੀ ਵਾਲੇ ਨੂੰ ਚਵਾਨੀ ਦਿੰਦੇ ਹੋਏ ਕਿਹਾ ਗੱਲਾਂ ਬਾਤਾਂ ਕਰਦੇ ਘਰ ਆ ਰਹੇ ਸਾਂ ਕਿ ਅੱਗੋਂ ਜੈਂਬੂ ਰਲ ਗਿਆ ਬਾਲ ਸਿਆਂ ਤੇਰਾ ਨਾ ਰਨ ਨਾ ਕੰਨ ਆ ਰਿਓੜੀਆਂ ਕਿਦੇ ਲਈ ਬੰਨੀ ਜਾਣਾ ਏ ਜੈਂਬੂ ਨੇ ਤਾਣਾ ਮਾਰਿਆ ਚਾਚੇ ਨੂੰ ਜਿਵੇਂ ਕਿਸੇ ਨੇ ਛੁਰੀ ਮਾਰ ਦਿੱਤੀ ਉਸ ਪਿਛਾਂ ਭੌਂ ਕੇ ਜ਼ੋਰ ਦੀ ਚਪੇੜ ਜੈਂਬੂ ਨੂੰ ਮਾਰੀ ਜੈਂਬੂ ਦੇ ਹੱਥ ਵਿੱਚ ਡਾਂਗ ਸੀ ਉਸ ਚਾਚੇ ਦੀਆਂ ਮੋਰਾਂ ਤੇ ਟਿਕਾ ਦਿੱਤੀ ਮੈਥੋਂ ਰਿਆ ਨਾ ਗਿਆ ਉਗਰ-ਉਗਰ ਕੇ ਦੋ ਡਾਂਗਾ ਜੈਂਬੂ ਨੂੰ ਮਾਰੀਆਂ ਤੇ ਜੈਂਬੂ ਹੀਠਾ ਡਿੱਗ ਪਿਆ ਚਾਚੇ ਨੇ ਵੀ ਇੱਕ ਦੋ ਮਾਰੀਆਂ ਤੇ ਅਸੀਂ ਭੱਜ ਗਏ ਮੈਂ ਰਾਤੋਂ ਰਾਤ ਭੱਜ ਕੇ ਫੌਜ ਵਿੱਚ ਭਰਤੀ ਹੋ ਗਿਆ ਤੇ ਚਾਚੇ ਨੇ ਥਾਣੇਦਾਰ ਨੂੰ ਸੂਆ ਚੁਗਾਣ ਲਈ ਮੱਝ ਦੇ ਕੇ ਖਲਾਸੀ ਕਰਾਈ। ਤਿੰਨ-ਚਾਰ ਵਰਿਆਂ ਪਿੱਛੋਂ ਮੈਂ ਕਈ ਕਵੈਦਾਂ ਪਰੇਟਾਂ ਕਰਕੇ ਤੇ ਕਈ ਲਾਮਾਂ ਲੜ ਕੇ ਛੁੱਟੀ ਘਰ ਆਇਆ। ਚਾਚਾ ਬਹੁਤ ਬਿਮਾਰ ਸੀ। ਬੂਹੇ ਵਿੱਚ ਖਲੋਤੇ ਹਕੀਮ ਨੂੰ ਮੈਂ ਚਾਚੇ ਦਾ ਹਾਲ ਪੁੱਛਿਆ। ਉਸ ਸਲਾਹ ਦਿੱਤੀ ਕਿ ਮੈਂ ਅੰਦਰ ਆ ਜਾਵਾਂ। ਜੇ ਆਸੇ ਦਾ ਨਿੱਕਾ ਛੋਰੇ ਤਾਂ ਅੰਦਰ ਲੰਗਣ ਦਿਓ ਸੁ ਪੰਡਤ ਜੀ। ਚਾਚੇ ਨੇ ਹੌਲੀ ਜਿਹੀ ਆਖਿਆ ਅੰਦਰ ਜਾ ਕੇ ਮੈਂ ਚਾਚੇ ਨੂੰ ਹਾਲ ਪੁੱਛਿਆ ਕਮਜ਼ੋਰੀ ਡਾਢੀ ਹੋ ਗਈ ਏ ਤੇ ਢਿੱਡ ਵਿੱਚ ਪੇੜ ਵੀ ਟੇਰ ਏ ਕਈ ਵਿਸਕੀ ਨਹੀਂ ਉਹ ਲਿਆਂਦੀ ਫੌਜ ਵਿੱਚੋਂ ਇੰਨਾ ਪੱਠੀਆਂ ਦੀਆਂ ਤੱਤੀਆਂ ਨੇ ਤੇ ਬੀਜਾ ਛੱਡਿਆ ਏ ਮੇਰਾ ਮੈਂ ਸੱਚੀ ਮੁੱਚੀ ਵਿਸਕੀ ਲਿਆਂਦੀ ਹੋਈ ਸੀ ਕੋਲੀ ਵਿੱਚ ਪਾ ਕੇ ਬਿਨਾਂ ਪਾਣੀੋਂ ਮੈਂ ਚਾਚੇ ਨੂੰ ਦਿੱਤੀ ਤੇ ਉਹ ਡੱਕ-ਡੱਕ ਕਰਦਾ ਪੀ ਗਿਆ ਮੁੱਛਾਂ ਵਿੱਚੋਂ ਉਹ ਪੁਰਾਣੀ ਖੁਸ਼ਬੂ ਆਉਣ ਲੱਗੀ ਤੇ ਅੱਖਾਂ ਵਿੱਚ ਉਹ ਜਵਾਨੀ ਉਹ ਉੱਠ ਕੇ ਬਹਿ ਗਿਆ ਤੂੰ ਮੇਰਾ ਪੁੱਤਰ ਕਨੂ ਚਾਚੇ ਨੇ ਮੇਰੇ ਵੱਲ ਪਿਆਰ ਭਰੀ ਨਜ਼ਰ ਕਰਕੇ ਆਖਿਆ ਆਹੋ ਚਾਚਾ ਮੈਂ ਉਸ ਦੀ ਹਾਂ ਵਿੱਚ ਹਾਂ ਮਿਲਾਣਾ ਚਾਹੁੰਦਾ ਸਾਂ ਕਈ ਚਾਚੀ ਤੇ ਫੜੀ ਆਵੇਂ ਆ ਮੇਰੇ ਲਈ ਉਥੋਂ ਤੱਕੋ ਤੱਕੀ ਗੱਡੀ ਵਿੱਚ ਸੁੱਟ ਲਿਆਉਂਦੋਂ ਫੌਜੀਆਂ ਨੂੰ ਕੌਣ ਪੁੱਛਦਾ ਏ ਹੁਣ ਆਇਆ ਤੇ ਲਿਆਵਾਂਗਾ ਚਾਚਾ ਆਖੀ ਹਮ ਤੁਮਕੋ ਉਥੇ ਬਾਅਰ ਮੇ ਬਹੁਤ ਆਰਾਮ ਦੇਵੇਗਾ